ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਬਾਸਲੋਨਾ ਆਏ ਹਾਂ ਤੁਹਾਨੂੰ ਪਤਾ ਹੀ ਆ ਆਪਾਂ ਅੱਜ ਇਨ ਅੰਕਲ ਨਾਲ ਬੈਠੇ ਹਾਂ ਅੰਕਲ ਥੋੜਾ ਜਿਹਾ ਤੁਸੀਂ ਆਪਣੇ ਬਾਰੇ ਦੱਸਿਓ ਸਾਰਿਆਂ ਨੂੰ ਏ ਜੀ ਮੈਂ ਟੂਰਿਸਟ ਆਇਆ ਪਾਕਿਸਤਾਨ ਇਸਲਾਮਾਬਾਦ ਤੋਂ ਤੇ ਸੈਰ ਕਰਨ ਲਈ ਆਇਆ ਇੱਥੇ ਬਾਰਸਲੋਨਾ ਤੇ ਇਹ ਤਾਂ ਕੋਈ ਮਾਹੌਲ ਬੜਾ ਚੰਗਾ ਲੱਗਾ ਹੈ ਜਿੱਥੇ ਬੰਦਿਆਂ ਨੂੰ ਜਾਨ ਨੂੰ ਤਾਫਜ ਹੈ ਜਿੱਥੇ ਬੰਦਿਆਂ ਨੂੰ ਇੱਜ਼ਤ ਨੂੰ ਤਾਫਜ ਹੈ ਜਿੱਥੇ ਬੰਦਿਆਂ ਨੂੰ ਮਾਲ ਦਾ ਤਾਫਜ ਹੈ ਤੇ ਉਹ ਫਿਰ ਇੱਥੇ ਹੀ ਰਹਿ ਗਿਆ ਤੇ 65 ਤੋਂ ਉੱਤੇ ਜਿਹੜਾ ਆਦਮੀ ਜਾਵੇ ਉਹਨੂੰ ਕੀ ਨਾ ਲਈਦਾ ਕੰਮ ਤੇ ਨਹੀਂ ਕਰਨ ਦਿੰਦੇ ਤੇ ਫਿਰ ਬਸ ਇਹ ਡੱਬੀਆਂ ਜਿਹੀਆਂ ਬਣਾ ਕੇ ਪੈਪਸੀ ਦੀਆਂ ਤੇ ਬਸ ਇਹ ਬੀਬੀਆਂ ਆਉਂਦੀਆਂ ਤੇ ਖੁਸ਼ ਕਰਦੀਆਂ ਇਹਨਾਂ ਨੂੰ ਮੈਂ ਲੈ ਜਾਂਦੀਆਂ ਤੇ ਸਾਡਾ ਕੰਮ ਚੱਲਦਾ ਹੈ ਪਿਆ ਹੋਰ ਕੀ ਹੈ ਇੱਥੇ ਅੰਕਲ ਤੁਸੀਂ ਦੱਸੋ ਇਹ ਕਿੱਦਾਂ ਬਣਾਉਂਦੇ ਆ ਤੁਸੀਂ ਇਹ ਬਣਾਉਣਾ ਮੈਂ ਤੇ ਤੁਸੀਂ ਦੇਖੀ ਜਾਓ ਦੇਖੋ ਪਹਿਲੇ ਜਿਹੜਾ ਹੈ ਨਾ ਇਹ ਡੱਬਾ ਲਿਆ ਹੈ ਇਹ ਡੱਬਾ ਲਿਆ ਹੈ ਕੋਲੇ ਦਾ ਤੇ ਪਹਿਲੇ ਇਹਨੂੰ ਉੱਤੋਂ ਇਹ ਇਸ ਤਰ੍ਹਾਂ ਕੱਟ ਲਿਆ ਫਿਰ ਇਹਨੂੰ ਧੋ ਲਿਆ ਅੰਦਰੋਂ ਸਾਫ ਕਰ ਲਿਆ ਫਿਰ ਇਹ ਇਸ ਤਰ੍ਹਾਂ ਕੱਟ ਕੇ ਨਾ ਇਸ ਤਰ੍ਹਾਂ ਬਣਾ ਲਏ ਇਸੇ ਫਿਰ ਇਹਨੂੰ ਬਾਹਰ ਨੂੰ ਐਂ ਮੋੜ ਲਿਆ ਸਾਰੇ ਨੂੰ ਇਹ ਦੇਖੋ ਮੁੜ ਗਿਆ ਫਿਰ ਇਹਨੂੰ ਲੈ ਕੇ ਫੋਲਡ ਕਰ ਲਿਆ ਲਓ ਦੇਖੋ ਤੇ ਐਂ ਬਣਾ ਕੇ ਤੇ ਰੱਖਦੇ ਆ ਤੇ ਬਸ ਇਹ ਕੁੜੀਆਂ ਆਉਂਦੀਆਂ ਲੈ ਜਾਂਦੀਆਂ 50 ਪੈਸੇ ਦਾ ਲੈ ਕੇ ਪੀ ਕੇ ਇਹ ਡੱਬਾ ਸਿੱਟ ਦੇਣੀਆਂ ਲੈ ਜਾਂਦੀਆਂ ਤੇ ਫੋਟੋ ਵੀ ਲੈ ਜਾਂਦੀਆਂ ਮੈਂ ਕਹਿੰਦਾ ਮੇਰੇ ਮੁਲਕ ਦੇ ਉਹ ਜਿਹੜਾ ਹੈ ਬਾਦਸ਼ਾਹ ਕੀ ਨਾਂ ਲਈਦਾ ਉਹਦਾ ਨਵਾਜ਼ ਸ਼ਰੀਫ ਇੰਨੇ ਉਹਦੇ ਫੋਟੋ ਦੁਨੀਆਂ ਚ ਨਹੀਂ ਗਏ ਜਿੰਨੇ ਮੇਰੇ ਗਏ ਉਹਦੇ ਫੋਟੋ ਲੋਕ ਦੂਜੇ ਨੇ ਡਿਲੀਟ ਕਰਕੇ ਸਰਚ ਹੁੰਦੇ ਨਾ ਅਖਬਾਰਾਂ ਦੇ ਤੇ ਮੇਰਾ ਫੋਟੋ ਸਿੱਟਦੇ ਨੀ ਕਿਉਂਕਿ ਇਹਨਾਂ ਦੇ ਨਾਲ ਹੁੰਦਾ ਇਸ ਵਾਸਤੇ ਆਪਣਾ ਫੋਟੋ ਨੀ ਸਿੱਟਦੀਆਂ ਮੇਰਾ ਵੀ ਨਹੀਂ ਸਿੱਟਦੀਆਂ ਦੇ ਘਰਾਂ ਚ ਪਏ ਰਹਿੰਦੇ ਲੱਖਾਂ ਦੇ ਹਿਸਾਬ ਦੇ ਫੋਟੋ ਗਏ ਦੇਖੋ ਕਿੰਨੀ ਕੌਮੜੀ ਦੀ ਮਸ਼ਹੂਰੀ ਹੋਈ ਹੈ ਲਓ ਇਹ ਬਣਾ ਦਿੱਤਾ ਫਿਰ ਅੱਗੇ ਚੱਲ ਕੇ ਰਾਤ ਨੂੰ ਇਹ ਡੱਬੀਆਂ ਮੈਂ ਇੱਥੇ ਬਣਾ ਕੇ ਐਂ ਰੱਖਦਾ ਰਹਿਣਾ ਤੇ ਰਾਤ ਨੂੰ ਜਾ ਕੇ ਇਹਨਾਂ ਨੂੰ ਪੇਂਟ ਕਰ ਦੇਣਾ ਇਹ ਚਿੱਟਾ ਪੇਂਟ ਤੇ ਫਿਰ ਦੂਜੇ ਦਿਨ ਨਾ ਇਹ ਸੁੱਕ ਜਾਂਦਾ ਵਿੱਚ ਇਹ ਬੂਟੇ ਬੂਟੇ ਪਾ ਦੇਣਾ ਇਹ ਬੂਟਾ ਪਾਇਆ ਇਹ ਬਾਦਸ਼ਾਹ ਦਾ ਮੋਨੋ ਹੈ ਇਸਦਾ ਤੇ ਕੀ ਨਾਂ ਲਿਆ ਇਹ ਪਾਂਡਾ ਹੈਗਾ ਤੇ ਇਹ ਤੋਰੋ ਹੈਗਾ ਇਹਨਾਂ ਦਾ ਬੈਲ ਬਸ ਇਹ ਕੁਝ ਬਣਾ ਕੇ ਇਹ ਗੁਲਾਬ ਦਾ ਫੁੱਲ ਹੈਗਾ ਨਾਲ ਬੱਚਾ ਵੀ ਹੈ ਅੰਕਲ ਤੁਸੀਂ ਇਹ ਦਿਲ ਹੈਗਾ ਜੇ ਕਿਸੇ ਕੋਲ ਨਹੀਂ ਦਿਲ ਭੇਜ ਦਿਓ ਤੁਹਾਨੂੰ ਤੇ ਇਹ ਬਣਾ ਕੇ ਜਨਾਬ ਰੱਖੀ ਜਾਣਾ ਤੇ ਉਹ ਇੱਕ ਗੱਲ ਹੋਰ ਹੈ ਕਿ ਇਹ ਉਸਦਾ ਢੱਕਣਾ ਬਣਾ ਕੇ ਅਸੀਂ ਇਹਦੇ ਚ ਲਾ ਦਿੰਦੇ ਹਾਂ ਬਗੈਰ ਪੇਂਟ ਤੋਂ ਇਹਨੂੰ ਕਹਿੰਦੇ ਹਾਂ ਬਾਈ ਸਿਗਰਟਾਂ ਹੱਸਦੇ ਆ ਨਾ ਚਲੋ ਖੁਸ਼ ਰਹੋ ਤੇ ਦੁਆ ਕਰੀ ਜਾਓ ਅੰਕਲ ਤੁਸੀਂ ਜੇ ਕੋਈ ਕਦੇ ਬਾਸ ਲਾਉਣਾ ਆਇਆ ਫਿਰ ਤੁਸੀਂ ਕਿੱਥੇ ਇੱਥੇ ਬੈਠੇ ਰਹਿੰਦੇ ਆ ਮੈਂ ਤਕਰੀਬਨ ਇਸੇ ਗਲੀ ਚ ਹੁੰਦਾ ਜੀ ਬਸ ਇੱਥੋਂ ਪੁਲਿਸ ਧੱਕਾ ਮਾਰਦੀ ਹੈ ਪਰੇ ਟੁਰ ਜਾਣਾ ਪਰਿਓ ਉਰੇ ਟੁਰਾਂ ਨਾ ਜੀ ਤੇ ਕਦੇ ਤੁਸੀਂ ਨੈਕਸਟ ਟਾਈਮ ਆਓ ਮੇਰੇ ਕੋਲ ਆਣ ਕੇ ਠਹਿਰੋ ਇਨਸ਼ਾਅੱਲਾ ਖਾਣਾ ਵੀ ਦਿਆਂਗੇ ਰਹਿਣ ਨੂੰ ਜਗ੍ਹਾ ਵੀ ਦਿਆਂਗੇ ਇੱਥੇ ਹੋਟਲਾਂ 'ਚ ਬੜੀ ਮਹਿੰਗੀ ਹੈਗੀ ਹੈ ਸੁੱਖ ਚੈਨ ਲਓ ਦੋ ਚਾਰ ਦਿਨ ਰਹੋ ਟੁੱਟ ਜਾਓ ਕੋਈ ਤਾਂ ਐਸੀ ਗੱਲ ਨਹੀਂ ਹੈ ਮੈਂ 7 ਸਾਲ ਤੋਂ ਇੱਥੇ ਰਹਿ ਰਿਹਾ ਜੀ ਆਓ ਸਾਡੇ ਕੋਲ ਜਗ੍ਹਾ ਵੀ ਹੈ ਰਿਸ਼ਤਾ ਵੀ ਦੇ ਦਿਆਂਗੇ ਮਾੜਾ ਚੰਗਾ ਜਿਹੜਾ ਸਾਡੇ ਕੋਲ ਹੈ ਖਾਣਾ ਵੀ ਜਿਹੜਾ ਅਸੀਂ ਖਾਂਦੇ ਹਾਂ ਤੁਹਾਨੂੰ ਦੇ ਦਿਆਂਗੇ ਬਸ ਇਹੀ ਸਮਝਾਂਗੇ ਪੰਜਾਬੀ ਆਪਣੇ ਜਿਹੜੇ ਇਹਨਾਂ ਨੂੰ ਵੀ ਰਹਿ ਗਏ ਨੇ ਤੇ ਆਓਗੇ ਤੇ ਬੜੀ ਖੁਸ਼ੀ ਹੋਏਗੀ ਪੰਜਾਬੀ ਬੋਲਣ ਵਾਲੀ ਕੁੜੀਆਂ ਆਉਂਦੀਆਂ ਬੜਾ ਅੱਛਾ ਲੱਗਦਾ ਹੈ ਬਹਿਨੀਆਂ ਆ ਕੇ ਪੰਜਾਬੀ ਬੋਲਦੀਆਂ ਬੜਾ ਚੰਗਾ ਲੱਗਦਾ 7 ਸਾਲ ਹੋ ਗਏ ਕੋਈ ਜ਼ੁਬਾਨ ਨਹੀਂ ਆਉਂਦੀ ਇਹਨਾਂ ਦੀ ਲਿਆ ਤੇ ਅਰਬਾਂ ਚ ਮੈਂ ਰਿਹਾ 3 ਸਾਲ ਅਰਬੀ ਮੈਂ ਫਰ ਫਰ ਬੋਲਦਾ ਤੇ ਇਹਨਾਂ ਦੀ ਪਤਾ ਨੀ ਕਿ ਜ਼ੁਬਾਨ ਹੈਗੀ ਆਉਂਦੀ ਨੀ ਮੈਨੂੰ ਜੀ ਪਰ ਕੋਈ ਨਾ ਜੇ ਕੋਈ ਕਦੇ ਬਾਸ ਲਾਉਣਾ ਆਇਆ ਪਲੀਜ਼ ਅੰਕਲ ਨੂੰ ਜ਼ਰੂਰ ਮਿਲ ਕੇ ਜਾਓ ਬਾਸ ਲਾਉਣਾ ਆਇਆ ਵੀ ਨੰਬਰ ਮੇਰੇ ਲੈ ਜਾਓ ਤੇ ਨੰਬਰ ਹੈ ਨੇ 00 34 63 15 49 774 ਕਦੀ ਆਓ ਕਾਲ ਮਾਰੋ ਬਿਲਕੁਲ ਮਾਰੋ ਅੰਕਲ ਨਾਲ ਬਹਿ ਕੇ ਜ਼ਰੂਰ ਜਾਇਓ ਕਹੋ ਕਿ ਆਪਣੇ ਕੋਲ ਬੰਦੇ ਆਣ ਤੇ ਉਹਨਾਂ ਨੂੰ ਭੇਜ ਦਿਓ ਇੱਥੇ ਸਾਡੇ ਕੋਲ ਹੈ ਕੁੜੀ ਦਾ ਹਵਾਲਾ ਦੇ ਦੇਣ ਬਸ ਠੀਕ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੰਕਲ ਸਤਿ ਸ਼੍ਰੀ ਅਕਾਲ ਸਭ ਨੂੰ ਸਤਿ ਸ਼੍ਰੀ ਅਕਾਲ ਓਏ ਸਰਦਾਰੋ ਹਾਂ ਆਏ ਬਾਏ